अस्सलाम वालेकुम जी, सत श्री अकाल, प्रणाम दोस्तों। मैं थोड़े नाल अज दे ब्लॉग हाजिर हाँ जी। उम्मीद करते हैं थोड़ा अज का दिन बहुत अच्छा गुजरेगा और अज असी तुहानू पत्थर लगता दिखाना। पत्थर जिहड़ा ना एक बंदा स्पैशल सद्या सी, कल भी तुहानू दस्सिया सी, ते अज आपां उहदे नाल गलबात करदे हां और दिखा रहे हां कि किन्ना क लग गया ते किन्ना क रह गया ते किन्ने दिन होर रहणगे। साडे जुड़े रहियो जी। पत्थर दी लोई जा रही है जी। अजीम साहब अजीम काम कर रहे हैं। ਇਹ ਦੇਖ ਲਓ ਜੀ, ਪੱਥਰ ਵਾਸ਼ਰੂਮ ਦਾ ਇਹ ਦੇਖ ਤਾਂ ਮੋੜ ਲੱਗਣਾ। ਇਹ ਜੀ ਸ਼ਾਵਰ ਸਾਹਿਬ, ਭਾਈ ਅਧੀਮ ਸਾਹਿਬ ਲੱਗੇ ਹੋਏ ਆ ਜੀ। ਹੈਂ ਹੁਸਨ ਦੇ ਸ਼ਾਦੀ, ਹੁਸਨ ਦੇ ਸ਼ਾਦੀ। ਹਾਂਜੀ ਸੜਿਆ ਨਾ ਕਰ। ਨਹੀਂ ਜੀ ਨਹੀਂ, ਅਸੀਂ ਸਬਜ਼ੀ ਉਹ ਤਾਂ ਸੜਨਾ, ਸੜਿਆ ਨਾ ਕਰ। ਮਾਸ਼ਾਅੱਲਾ ਜੀ, ਬੱਚਾ ਆਪਣਾ ਹੈ। ਅੱਛਾ ਇਹ ਸਹੀ ਹੈ। ਹਾਂਜੀ कोई पता नहीं लगता किधर जाना की बनना की रखना तुम समझ लगी मैं की बनाना बननी है। दो बोरिया का फिर मसाला तैयार करने लगे, पानी लगा है। चाह एक बार इन्होंने पीनी, हम दूजी बार फिर आनी है। अच्छा गैस चल जानी। चलो कुछ ना कुछ तो सारा गए थोड़ा जो ना भी नहीं गैस ता संघा गेला जरूर करा। हाँ वह भी कर लाँगे, पानी पर ही कर लाँगे। जानू लगा जी सीखना है थोड़ी थोड़ी स्टार्ट हो गई है। चिट्टा चिट्टा ही लगता है। ਕਿੰਨਾ ਕੀ ਲਿਆ? ਸੱਤ ਮਲਾਈਆਂ ਸੀ ਜਿੱਥੇ ਪੀ ਗਿਆ। ਅੱਛਾ ਕਿੰਨੀ ਵਾਰੀ ਲਾਈਆਂ? ਫਿਰ ਤਾਂ ਹੀ ਰੰਗ ਚਿੱਟਾ ਹੋ ਗਿਆ। जाप काम कर रहे जी। एक तो कहने ना बाबे बगैर बकरियां नहीं चल रही, बाबे बगैर बकरियां नहीं चल रही। अज फिर देख लो फिर हाथ उन्होंने पाना ही पै गया तेरे काम च, हथियार चकने पै गए बाजिया। हाँ ना आली है थोड़ी उस्तादा छे छड़ाए हथियार फिर दोबारा सिखाते पलस्तर पहले कर लैने फर्श फर्श सच पहले पा लैने पलस्तर बाद च कर दे इहदी की वजह है इहदी रीजन की है? चढ़दे वाले नूं नहीं पता ताही पुछिया। अगर असीं फौरी तौर ते पाने अपना मतलब पानी पा दें तो पानी जो सा ना जी कमों बेस तीन महीने तो चार महीने जोड़े ना सुकन लग जाएंगे। इस करके कंधा जीडिया बाद च पलस्तर करी दी फर्श पहले पाई दे। एक भी फायदा हो जाता कि पानी जोड़ा ना वो बारों बार टप टप ही जाता, वो तो खोभा नहीं होंगे है। ट्रिपल कार अगे मार के फिर करा। हाँ Thank you.
ਬਰਕਤ ਆ ਤੇ ਪਾਣੀ ਬਦਲੀ ਜਾਂਦਾ ਵੀਰੋ ਉਹ ਰੋੜੀ ਚ ਪੂਰੀ ਕਰ ਲੈ ਪਾਣੀ ਆ ਕਟਾਈ ਨਹੀਂ ਪੂਰੀ ਹੋਈ ਕਟਾਈ ਨਹੀਂ ਹਲੇ ਪੂਰੀ ਹੋਈ ਕਟਾਈ ਵੀ ਕਰ ਲੈਂਦਾ ਕਟਾਈ ਨਹੀਂ ਇਹ ਕਹਿੰਦੇ ਸੀ ਠੇਕੇਦਾਰ ਨੂੰ ਨਾ ਸਿਰ ਤੋਂ ਤੇ ਬਾਹਾਂ ਤੋਂ ਫੜ ਕੇ ਚੱਕ ਚੱਕ ਕੇ ਥੱਲੇ ਸੁੱਟਣਾ ਤੇ ਫੇਰ ਕਟਾਈ ਪੂਰੀ ਹੋਣੀ ਹੈ ਐਦਾਂ ਹੀ ਆ ਇਹ ਕੋਈ ਨਵਾਂ ਤਰੀਕਾ ਲੱਗਦਾ ਹਨਾ ਨਹੀਂ ਜਿਹਦਾ ਵਜਨ ਉਹਨੂੰ ਕੁੱਟਣਾ ਸੁੱਟਣਾ ਹੁੰਦਾ ਤੈਨੂੰ ਤਾਂ ਬਾਅਦ ਸੁੱਟਣ ਤੇ ਮੈਨੂੰ ਕੋਈ ਸੁੱਟ ਨਹੀਂ ਕਰ ਲੈਣਗੇ ਨਹੀਂ ਉਹ ਕਹਿੰਦੇ ਵਜਨ ਬਹੁਤ ਆ ਮੇਰਾ ਵਜਨ ਤੁਹਾਡਾ ਬਹੁਤ ਆ ਕਿਤੇ ਹਾਂ ਇੱਕ ਮਣ ਜ਼ਿਆਦਾ ਹੁਣ ਕਿੰਨਾ ਤੇਰਾ ਵਜਨ ਤੇ ਇੱਕ ਮਣ 43 ਕਿਲੋ ਹੈ ਉਹ 43 ਕਿਲੋ ਹੁਣ 43 ਕਿਲੋ ਲੱਗ ਗਈ ਇੱਥੇ 1.5 ਲੀਟਰ ਦੀ ਅੱਜ ਤੋਲ ਲੈਣੇ ਆਪਾਂ ਵਜਨ ਹੈ ਮੈਂ ਕਹਿੰਦਾ 45 ਵੀ ਹੋਇਆ ਤੇ ਮੈਂ ਫੜਾ ਦਿਆਂਗਾ ਚੱਲ ਆ ਕੰਡੇ ਤੇ ਚੜੀਏ ਤੇਰਾ ਝੂਠ ਮੈਂ ਦੋ ਫੜ ਲਏ ਆ ਹਲੇ ਵੀ ਦਿਲ ਹਟਦਾ ਨੀ ਇੱਕ ਵਾਰੀ ਗੇਮ ਖੇਲਣ ਫੜਿਆ ਇੱਕ ਕੋਕਾ ਕੋਲਾ ਪੀਂਦਿਆਂ ਫੜ ਲਿਆ ਕੋਕਾ ਕੋਲਾ ਤਾਂ ਪੀਂਦਾ ਕੋਕਾ ਕੋਲਾ ਪੀਣ ਡਿਆ ਦੁਕਾਨ ਤੇ ਲੋਕ ਕਹਿੰਦਾ ਮੇਰਾ ਸਿਰ ਦੋਸਤ ਮੈਂ ਪਹਿਲੀ ਵਾਰੀ ਸੁਣਿਆ ਵੀ ਕੋਕਾ ਕੋਲਾ ਨਾ ਫਿਰ ਸਿਰ ਹਟ ਗਿਆ ਪੀਣ ਨਾ ਹਟ ਜਾਂਦਾ ਅੱਛਾ ਜੀ ਉਹ ਭਾਈ ਉੱਥੋਂ ਇੱਕ ਬੰਦੇ ਨੇ ਕਮੈਂਟ ਕੀਤਾ ਉਹਨੇ ਕਿਹਾ ਠੇਕੇਦਾਰ ਨੂੰ ਸਮਝਾਓ ਸਾਡੀਆਂ ਬੁੜੀਆਂ ਦੇ ਤਾਂ ਰੋਜ਼ ਸਿਰ ਦੁਖਦੇ ਰਹਿੰਦੇ ਆ ਅਸੀਂ ਤਾਂ ਕੋਕਾ ਕੋਲਾ ਲਿਆ ਕੇ ਥੱਕ ਜਾਾਂਗੇ ਫਿਰ ਆਪਣਾ ਆਪਣਾ ਉਹਦਾ ਤਾਂ ਹਿਸਾਬ ਹੁੰਦਾ ਹਨਾ ਅੱਛਾ ਜੀ ਬਿਜਲੀ ਜਿੰਨੀ ਮਰਜ਼ੀ ਕਰੀਏ ਉਹਨੇ ਸਿਰ ਨਹੀਂ ਚੱਕਣਾ ਯਾਰ ਕਦੇ ਵਾਜਾ ਵਾਜਾ ਲਾਣਾ ਕਿ ਕਦੇ ਉਹ ਖਿਲਾਉਣਾ ਸਮਾਨ ਦੇ ਯਾਰ ਕਿੱਧਰ ਲੱਗ ਗਿਆ ਸਾਡਾ ਸਾਰੀ ਦਿਹਾੜੀ ਇੰਨਾ ਸੌਂਦਾ ਨਾ ਭਾਵੇਂ ਨੂੰ ਕਹਿ ਕੇ ਮਰ ਜਾਈਦਾ ਇਹ ਬੰਦਾ ਆਖੇ ਲੱਗਦਾ ਹੀ ਨਹੀਂ ਹੈਗਾ ਆਪਣੀ ਮਰਜ਼ੀ ਕਰਦਾ ਹੈ ਮਰਜ਼ੀਆਂ ਆਪਣੀਆਂ ਕਰਦਾ ਹੈ ਹਾਂ ਤੇ ਜੇ ਇਹਨੂੰ ਕੋਈ ਗੱਲ ਕਹਿ ਦਈਏ ਹਾਂ ਫਿਰ ਗੁੱਸੇ ਹੋ ਜਾਂਦਾ ਫਿਰ ਗੁੱਸੇ ਕਾਹਦਾ ਫਿਰ ਚਾਰ ਪੰਜ ਜਣੇ ਉਹ ਵੀ ਨਹੀਂ ਬੋਲਦਾ ਨਾਲ ਜਿਹੜੇ ਦੇ ਕਦਰ ਆਈ ਜਾਂ ਬੋਲਦੇ ਉਹਨਾਂ ਨੂੰ ਗੱਲ ਕੋਈ ਯਾਰ ਮੈਨਾਂ ਧੱਕਾ ਕਰ ਲਾ ਆਇਲ ਨਾਲ ਜੀਰੋ ਨਾ ਬੋਲਿਓ ਹਾਂ ਤੇਰਾ ਬਾਈਕਾਟ ਕਰ ਦਿੰਦੇ ਆ ਬਾਈਕਾਟ ਕਰ ਦਿੰਦੇ ਆ ਅਸਲ ਜੇ ਇਹਨਾਂ ਦੀ ਲੇਬਰ ਜ਼ਿਆਦਾ ਲੇਬਰ ਭਾਈ ਜ਼ਿਆਦਾ ਇਹਨਾਂ ਦੀ ਇਹ ਆਪਣੇ ਮਨਮਾਨੀ ਠੇਕੇਦਾਰ ਨੂੰ ਵੀ ਬਲੈਕਮੇਲ ਕਰਦੇ ਆ ਹਾਂਜੀ ਬਲੈਕਮੇਲ ਕਰਦੇ ਆ ਇਹ ਹਾਂ ਅਤਾ ਦਿਹਾੜੀ 10 ਵਾਰੀ ਤਾਂ ਇਹਨੂੰ ਮੂਤਰ ਆਉਂਦਾ ਆ ਉਹ ਜਿਹੜਾ ਉਹ ਆਇਆ ਤਾਂ ਕਾਰ ਕੀ ਕਹਿੰਦੇ ਇੰਡੀਆ ਦੀ ਸੰਦੀਪ ਨਹੀਂ ਹਾਂ ਪੂਰਾ ਕਰਦੀ ਰਹਿੰਦੀ ਆ ਹਾਂ ਉਹ ਹਾਲ ਹੈ ਨਾ ਲੋਕਾਂ ਦਾ ਤੇ ਜ਼ਿਆਦਾ ਹੈਗੇ ਆ ਠੇਕੇਦਾਰ ਨੂੰ ਬਾਬਾ ਜੀ ਫਿਰ ਲੱਗੇ ਰਹਿੰਦੇ ਆ ਠੇਕੇਦਾਰ ਫਿਰ ਇਹਨਾਂ ਦੇ ਹੱਥੋਂ ਮਜਬੂਰ ਹੋ ਜਾਂਦਾ ਇਹਨਾਂ ਦੀ ਗੱਲ ਨੂੰ ਮੰਨਦਾ ਆ ਉਹ ਵੀ ਮਜਬੂਰ ਆ ਠੀਕ ਹੈ ਉਹ ਕਹੇ ਕਹਿਣ ਫਲਾਂ ਬੰਦਾ ਨਾ ਗੱਲ ਨੂੰ ਆਵੇ ਤਾਂ ਉਹਨੂੰ ਛੱਡ ਦਿੰਦਾ ਆ ਸ਼ੰਟੀ ਕਰਾ ਦਿੰਦਾ ਹਾਂਜੀ ਤੁਸੀਂ ਜਾਣੇ ਇਹਨਾਂ ਦੀ ਕੁੱਤੇ ਨਾਲੋਂ ਭੈੜੀ ਹੁੰਦੀ ਆ ਹਾਂ ਬਾਕੀ ਇਹਨਾਂ ਨੂੰ ਲੱਗਦੀ ਨਹੀਂ ਹੈਗੀ ਲੱਗਦੀ ਨਹੀਂ ਹੈਗੀ ਤਾਂ ਹੀ ਸਿਹਤ ਨਹੀਂ ਬਣਦੀ ਸਿਹਤ ਤੇ ਇਹਨਾਂ ਦਾ ਜੇ ਲੱਗਦੀ ਹੁੰਦੀ ਤਾਂ ਸਿਹਤ ਨਾ ਬਣ ਜਾਂਦੀ ਆ ਦੇ ਬਸ ਦਾ ਹਸੀਆ ਨੇ ਤੇ ਲੈਣ ਆਇਆ ਮੈਂ ਨਾਲਾ ਪਾਣੀ ਲੱਗ ਰਹੀ ਹੈ ਹਸੀਆ ਨੇ ਮੈਂ ਵੀ ਕੋਈ ਨਹੀਂ ਲੱਗ ਰਹੇ ਖੰਚ ਤੋਂ ਦੇਖੋ ਧਾਰ ਦੇਖੋ ਲੱਗ ਰਹੀ ਹੈ ਹਾਂ ਰੈਂਬੋ ਆ ਗਿਆ ਵੀ ਰੈਂਬੋ ਕਿੱਦਾਂ ਠੀਕ ਹੈ ਬਾਈ ਜੀ ਉਹ ਦਿਖਿਆ ਹੀ ਨਹੀਂ ਅੱਜ ਬਾਈ ਇੱਥੇ ਰਿਹਾ ਮੈਂ ਕਿੱਥੇ ਗਿਆ ਕਿੰਨਵਾਂ ਗੇੜਾ ਤੇਰਾ ਚੌਥਾ ਚੌਥਾ ਨਹੀਂ ਗਿਣਤੀ ਕਰ ਸਵਾਰ ਕੇ ਗਿਣਤੀ ਕਰ ਚੌਥਾ ਚਾਰ ਕਿੰਨੇ ਹੁੰਦੇ ਭਲਾ ਚਾਰ ਚਾਰ ਹੁੰਦੇ ਕਿੰਨੇ ਆ ਹੋਰ ਵਾਹ ਬਾਈ ਵਾਹ ਹੋਰ ਉਂਗਲਾਂ ਵੀ ਸਹੀ ਨੇ ਕੀਤੀਆਂ ਪੂਰਾ ਪਤਾ ਹਾਂ ਸੁਣਾ ਕਿੱਦਾਂ ਠੀਕ ਹੈ ਚੰਗਾ ਲੰਘਿਆ ਤੇ ਹਾਂਜੀ ਖੁਸ਼ ਬਾਸ਼ ਹਾਂ ਹਾਂਜੀ ਹਾਂ ਟਾਇਲ ਜੀ ਲੱਗ ਰਹੀ ਆ ਟਾਇਲ ਦਾ ਕੰਮ ਤਕਰੀਬਨ ਖਤਮ ਹੋ ਗਿਆ ਆਖਰੀ ਟਾਇਲ ਜਿਹੜੀ ਠੇਕੇਦਾਰ ਨੂੰ ਖੁਸ਼ ਕਰ ਦੋ ਨਾ ਮੈਂ ਕਿਸੇ ਦਿਨ ਕੁਛ ਕਰਕੇ ਦੂਸਰੇ ਦਿਨ ਕੁਛ ਦਿਨ ਬਾਅਦ